ਹੁਸ਼ਿਆਰਪੁਰ ਸ਼ਹਿਰ ਦੇ ਪੰਗੀ ਚੌਂਕ ਨੇੜੇ ਧਮਾਕਾ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਧਮਾਕੇ ਦੌਰਾਨ 2 ਲੋਕਾਂ ਦੀ ਮੌਤ ਵੀ ਹੋ ਗਈ ਹੈ, ਜਦਕਿ 3 ਗੰਭੀਰ ਜ਼ਖਮੀ ਹਨ। ਧਮਾਕੇ ਵਿੱਚ ਮਰਨ ਵਾਲਿਆਂ ਵਿੱਚ ਇੱਕ ਮਹਿਲਾ ਹੈ। ਇਹ ਧਮਾਕਾ ਕਬਾੜ ਦੀ ਦੁਕਾਨ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ। ਧਮਾਕੇ ਦੀ ਸੂਚਨਾ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਪੁਲਿਸ ਮੁਤਾਬਕ ਕਬਾੜੀਏ ਦਾ ਕੰਮ ਕਰਨ ਵਾਲੇ ਇਹ ਲੋਕ ਜਿੰਦਾ ਬੰਬ ਚੁੱਕ ਲਿਆਏ ਸਨ, ਜਿਸ ਤੋਂ ਬਾਅਦ ਇਹ ਹਾਦਸਾ ਹੋਇਆ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਨੇੜੇ ਆਰਮੀ ਕੈਂਪ ਚੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਉੱਥੋਂ ਹੀ ਇਹ ਜਿੰਦਾ ਬੰਬ ਚੁੱਕ ਕੇ ਲਿਆਏ ਹਨ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਾਂ, ਅਸੀਂ ਕਬਾੜ ਚੁੱਕ ਕੇ ਆਏ। ਅਸੀਂ ਇਹ ਤੋਂ ਬੁੱਢੀ ਛੋਟੀ ਸਾਡੀ ਪੋਤੀ ਹੈ, ਉਹਨੂੰ ਖੇਡਾਂਦੇ ਸੀ। ਛੋਟੀ ਬੁੱਢੀ ਸਾਡੀ ਪੋਤੀ ਹੈ, ਉਹਨੂੰ ਅਸੀਂ ਖੇਡਾਂਦੇ ਸੀ। ਮੈਂ ਕਿਹਾ ਮੰਮੀ ਮੈਂ ਦਵਾਈ ਲੈ ਕੇ ਮੇਰੀ ਜਾੜ ਦੀ ਤੇ ਤੂੰ ਇੱਥੇ ਬੈਠੇ। ਮੈਂ ਦਵਾਈ ਲੈ ਕੇ ਵਾਪਸ ਨਹੀਂ ਆਉਂਦੇ ਜੀ, ਸਾਰੇ ਮਰ ਗਏ। ਥੋੜੀ ਦੇਰ ਪਹਿਲਾਂ ਪਤਾ ਚੱਲਿਆ ਕਿ ਇੱਥੇ ਇੱਕ ਬਲਾਸਟ ਹੋਇਆ ਹੈਗਾ, ਪ੍ਰਾਈਮਾ ਫੇਸੀ ਜਿਹੜਾ ਬਲਾਸਟ ਹੋਇਆ ਹੈਗਾ। ਇਹ ਸਾਡੇ ਇਸੀ ਚੋਅ ਦੇ ਅੱਗੇ ਜਾ ਕੇ ਫਾਇਰਿੰਗ ਰੇਂਜ ਹੈਗੀ ਹੈ, ਜਿੱਥੋਂ ਕਿ ਆਰਮੀ ਦੇ ਅਨਐਕਸਪਲੋਰਡ ਸ਼ੈਲਸ ਪਏ ਹੁੰਦੇ ਆ। ਇਹ ਸਕ੍ਰੈਪ ਇਕੱਠਾ ਕਰਦੇ ਲੋਕ, ਇਹ ਉੱਥੋਂ ਲੈ ਕੇ ਆਏ ਸੀ ਅਤੇ ਸਕ੍ਰੈਪ ਵਿੱਚੋਂ ਸ਼ਾਇਦ ਜਾਂ ਬਰਾਸ ਜਾਂ ਪਿੱਤਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀਗੇ ਅਤੇ ਉਹਦੇ ਕਾਰਨ ਜੋ ਥੌੜੀ ਮਾਰੀ ਅਤੇ ਉਹ ਬਲਾਸਟ ਹੋਇਆ ਹੈਗਾ। ਟੁੱਟੀ ਹੋਈ ਥੌੜੀ ਜਿਹੜੀ ਹੈਗੀ ਹੈ ਸਮਝ, ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। 2 ਬੰਦੇ ਦੀ ਡੈਥ ਹੋ ਗਈ ਹੈਗੀ ਹੈ, ਜਿਹੜੇ ਇੰਜਰਡ ਹੈਗੇ ਆ ਉਹਨਾਂ ਨੂੰ ਅਸੀਂ ਹੋਸਪਿਟਲ ਲੈ ਗਏ ਹਾਂ। ਮੇਰੀ CMO ਸਾਹਿਬ ਨਾਲ ਗੱਲ ਹੋ ਗਈ ਹੈ, ਦੇ ਆਰ ਬੀਂਗ ਲੁੱਕਡ ਆਫਟਰ, ਅਤੇ ਮੈਂ ਆ ਵੀ ਉੱਥੇ ਚੱਲਿਆ ਹੈਗਾ। ਹੁਸ਼ਿਆਰਪੁਰ ਤੋਂ ਯੋਗੇਸ਼ ਬੈਲ ਦੀ ਰਿਪੋਰਟ, ਪੰਜਾਬ ਟੂਡੇ।